ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀਆਂ ਆਖਦੇ ਹਾਂ। ਅੱਜ ਗੱਲਬਾਤ ਅਸੀਂ ਕਰਾਂਗੇ, ਬਹੁਤ ਸਮਾਂ ਪਹਿਲਾਂ ਸੁਰਿੰਦਰ ਸਿੰਘ ਜੋ ਇੱਕ ਪੱਤਰਕਾਰ ਹਨ ਉਹਨਾਂ ਨੇ ਇੱਕ ਡਾਕੂਮੈਂਟਰੀ ਵਾਂਗ ਜਿੱਦਾਂ ਪ੍ਰੋਗਰਾਮ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਗੰਭੀਰ ਦੋਸ਼ ਜਿਹੜੇ ਦਮਦਮੀ ਟਕਸਾਲ 'ਤੇ ਲਾਏ ਸਨ, ਜਿਹਦੇ ਵਿੱਚ KPS ਗਿੱਲ ਦਾ ਕਿ ਉਹਨੂੰ ਉੱਥੇ ਸਰੋਪਾ ਦਿੱਤਾ ਗਿਆ ਅਤੇ ਜ਼ਿਆਦਾ ਜਿਹੜੇ ਮੌਜੂਦਾ ਮੁਖੀ ਦਮਦਮੀ ਟਕਸਾਲ ਦੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਨੂੰ ਮੁਖੀ ਬਣਾਉਣ ਦੇ ਵਿੱਚ ਜਿਹੜਾ KPS ਗਿੱਲ ਦਾ ਬਹੁਤ ਰੋਲ ਸੀ। ਹੁਣ ਸਾਡੇ ਨਾਲ ਉਸ ਵੇਲੇ ਜਿਹੜੇ ਮੌਕੇ ਦੇ ਚਸ਼ਮਦੀਦ ਗਵਾਹ ਆਪਾਂ ਕਹਿ ਸਕਦੇ ਜਿਹੜੇ ਉੱਥੇ ਮੌਜੂਦ ਸਨ, ਲਖਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਬਾਬਾ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ ਮੌਜੂਦ ਸਨ ਉਦੋਂ ਇੱਕ ਮਤਲਬ ਬੜੀ ਚਰਚਾ ਹੋਈ ਸੀ ਕਿ KPS ਗਿੱਲ ਉਸ ਵੇਲੇ ਦੇ ਪੰਜਾਬ ਦੇ DGP ਉਹ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਆਉਂਦੇ ਆ ਅਤੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ, ਉਹਨਾਂ ਨੂੰ ਸਰੋਪਾ ਦਿੱਤਾ ਜਾਂਦਾ, ਕੀ ਕਹਾਣੀ ਆ ਇਹ, ਇਹਦੇ 'ਚ ਕੀ ਸੱਚ ਆ ਅਤੇ ਕੀ ਝੂਠ ਆ? ਸੁਰਿੰਦਰ ਸਿੰਘ ਨਾਂ ਦਾ ਪੱਤਰਕਾਰ ਉਹਨੇ ਇੱਕ ਡਾਕੂਮੈਂਟਰੀ ਜੀ ਬਣਾ ਕੇ ਤੇ ਝੂਠ ਦਾ ਪਲੰਦਾ ਇੱਕ ਦੁਨੀਆ ਦੇ ਸਾਹਮਣੇ ਰੱਖਿਆ। 14 ਅਕਤੂਬਰ 1992 ਟਕਸਾਲ ਵਿੱਚ ਮੇਰਾ ਵੱਡਾ ਭਰਾ ਭਾਈ ਕੁਲਵੀਰ ਸਿੰਘ ਜੀ ਉਹਨੂੰ 1991 ਦੇ ਦਸੰਬਰ ਮਹੀਨੇ ਵਿੱਚ ਪੰਜਾਬ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ। ਗੱਲ KPS ਗਿੱਲ ਦੀ ਮਹਿਤੀ ਆਉਣ ਦੀ ਹੈ ਵੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਵਿੱਚ ਜਦੋਂ ਅਕਤੂਬਰ ਦਾ ਮਹੀਨਾ ਹੁੰਦਾ ਹੈ ਉਦੋਂ ਜਿੰਨੇ ਸਿੰਘ ਟਕਸਾਲ ਵਿੱਚ ਰਹਿੰਦੇ ਨੇ ਉੱਥੇ ਵਿੱਦਿਆ ਪੜ੍ਹਦੇ ਨੇ ਉਹਨਾਂ ਦੀਆਂ ਮਾਤਾਵਾਂ ਉੱਥੇ 10-15 ਦਿਨ ਰਹਿ ਕੇ ਮਹੀਨਾ ਰਹਿ ਕੇ ਹਾਂਜੀ ਤੇ ਉਹ ਜਿਹੜੇ ਸਿਆਲ ਦੇ ਬਿਸਤਰਿਆਂ ਦੀ ਸੇਵਾ ਉਹ ਕਰਦੀਆਂ ਹੁੰਦੀਆਂ ਹਰ ਸਾਲ। ਮੇਰੇ ਮਾਤਾ ਜੀ ਵੀ ਆਏ ਸੀਗੇ ਸੇਵਾ ਕਰਨ ਵਾਸਤੇ ਤੇ ਮੈਂ ਉਹਨਾਂ ਮਾਈਆਂ ਬੀਬੀਆਂ ਦੇ ਨਾਲ ਆਪਣੀ ਮਾਤਾ ਜੀ ਦੇ ਨਾਲ ਉਹ ਸੇਵਾ ਕਰਵਾ ਰਿਹਾ ਸੀ ਉਸ ਵੇਲੇ ਰਜਾਈਆਂ ਤਲਾਈਆਂ ਦੀ ਬਿਸਤਰਿਆਂ ਦੀ। ਮੈਂ ਕੀ ਵੇਖਿਆ ਵੀ 3 ਅੰਬੈਸਟਰ ਕਾਰਾਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਅੰਦਰ ਪ੍ਰਵੇਸ਼ ਹੋਈਆਂ। ਠੀਕ ਹੈ। ਤੇ ਮੈਂ ਸਮਝ ਲਿਆ ਵੀ ਘੇਰਾ ਪੈ ਗਿਆ ਸ਼ਾਇਦ। ਮੈਂ ਕੀ ਵੇਖਿਆ ਵੀ KPS ਗਿੱਲ ਹੈ ਤੇ ਨਾਲ 4-5 ਜਾਣੇ ਉਹਦੇ ਹੋਰ ਨੇ, ਉਹਨਾਂ ਦੀ ਮੈਨੂੰ ਪਛਾਣ ਨਹੀਂ ਸੀ ਵੀ ਉਹ ਕੌਣ ਨੇ। ਠੀਕ ਹੈ। ਪਰ ਗਿੱਲ ਦੀ ਮੈਨੂੰ ਪਛਾਣ ਸੀ ਤੇ ਉਹ ਸਿੱਧੇ ਜਿਹੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਉਹਦੇ ਵੱਲ ਨੂੰ ਵੱਧਦੇ ਆ ਰਹੇ ਸੀ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ। ਭਾਈ ਮਲਕੀਤ ਸਿੰਘ ਜੀ ਵੀ ਆਪਣੇ ਕਮਰੇ ਵੱਲੋਂ ਦਬ ਦਬ ਕਾਲੇ ਕਾਲੀ ਪੈਰੀ ਆ ਰਹੇ ਸੀਗੇ ਤੇ ਜਿੱਥੇ ਚਰਨ ਗੰਗਾ ਵਾ ਪੈਰ ਧੋ ਕੇ ਗੁਰਦੁਆਰਾ ਸਾਹਿਬ ਜਾਈਦਾ ਉੱਥੇ ਆ ਕੇ ਉਹ ਵੀ ਮਿਲੇ। ਠੀਕ ਹੈ। ਉਹਨਾਂ ਨੇ ਆ ਕੇ ਪੁੱਛਿਆ ਜੀ ਕਿੱਦਾਂ ਆਉਣੇ ਹੋਏ? ਹਾਂ, ਉਹ ਕਹਿੰਦਾ ਜੀ ਉਦਾਂ ਹੀ ਬਸ ਦਰਸ਼ਨ ਕਰਨ ਵਾਸਤੇ, ਬਸ ਇੰਨੀ ਗੱਲ ਹੋਈ। ਅੱਛਾ ਜੀ। ਤੇ ਦਰਸ਼ਨ ਕਰਨ ਤਾਂ ਕੋਈ ਵੀ ਆ ਸਕਦਾ? ਕਹਿੰਦੇ ਕੋਈ ਗੱਲ ਨੀ, ਕੋਈ ਵੀ ਆ ਸਕਦਾ, ਆਓ। ਹਾਂ। ਉਹ ਜਦੋਂ ਪੈਰ ਧੋ ਕੇ ਅੰਦਰ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਤੇ ਮੈਂ ਵੀ ਉਹਨਾਂ ਦੇ ਨਾਲ ਨਾਲ ਹੀ ਰਿਹਾ। ਅੱਛਾ ਜੀ। ਅੰਦਰ ਜਾ ਕੇ ਉਹਨਾਂ ਨੇ ਦਰਸ਼ਨ ਕੀਤੇ, ਪਰਿਕਰਮਾ ਕੀਤੀਆਂ। ਹਾਂ। ਤੇ ਬਾਹਰ ਗੈਲਰੀ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਸੀ 10 ਪਾਤਸ਼ਾਹੀਆਂ ਦੀਆਂ ਤੇ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖਾਂ ਦੀਆਂ ਤੇ ਨਾਲ ਹੋਰ ਵੀ ਪੁਰਾਤਨ ਸਮੇਂ ਦੇ ਜਿਹੜੇ ਸਿੱਖ ਜਰਨੈਲ ਹੋਏ ਨੇ ਉਹਨਾਂ ਦੀਆਂ। ਠੀਕ ਹੈ। ਉਹਨਾਂ ਨੇ ਅੰਦਰੋਂ ਦਰਸ਼ਨ ਕਰਕੇ ਬਾਹਰ ਉਹ ਫੋਟੋਆਂ ਦੇ ਦਰਸ਼ਨ ਕੀਤੇ। ਠੀਕ ਹੈ। ਜਦੋਂ ਉਹ ਵਾਪਸ ਆ ਰਹੇ ਸੀ ਹਾਂਜੀ ਤੇ ਉਹਨਾਂ ਦੇ ਨਾਲ ਦਾ ਇੱਕ ਸਾਥੀ ਕਹਿੰਦਾ ਉਦੋਂ ਨਹੀਂ ਸੀ ਮੈਨੂੰ ਉਹਦੀ ਪਛਾਣ, ਫਿਰ ਬਾਅਦ ਵਿੱਚ ਪਤਾ ਲੱਗਿਆ, ਕਹਿੰਦਾ ਅਸੀਂ ਤੁਹਾਡੇ ਦਫ਼ਤਰ ਜਾਣਾ ਚਾਹੁੰਦੇ। ਗਿੱਲ ਨਹੀਂ ਬੋਲਿਆ ਬਿਲਕੁਲ ਵੀ। ਅੱਛਾ ਜੀ। ਉਹ ਬੰਦਾ ਬੋਲਿਆ, ਉਹਦਾ ਨਾਂ ਖੁਸ਼ਵੰਤ ਸਿੰਘ ਪੱਤਰਕਾਰ ਸੀ, ਜਿਹੜੇ ਦਿੱਲੀ ਵਾਲੇ ਖੁਸ਼ਵੰਤ ਸਿੰਘ ਪੱਤਰਕਾਰ ਹੁਣ ਮੇਰੇ ਨਾਲ ਉਹ ਚਲਾਉਣਾ ਉਹ ਸੀਗੇ। ਜਦੋਂ ਜਾ ਰਹੇ ਸੀ ਦਫ਼ਤਰ ਵਾਲੇ ਕਮਰੇ ਨੂੰ ਤੇ ਰਸਤੇ ਦੇ ਵਿੱਚ ਇੱਕ ਸਿੰਘ ਖਲੋਤਾ, ਭਾਈ ਮਹਿਤਾਬ ਸਿੰਘ ਜੀ, ਅੱਜ ਕੱਲ੍ਹ ਜਲੰਧਰ ਵਾਲੇ ਰਾਗੀ ਜਥੇ ਨਾਲ ਕਰਕੇ ਮਸ਼ਹੂਰ ਨੇ, ਉਹ ਬਹੁਤ ਵਧੀਆ ਕੀਰਤਨ ਕਰਦੇ ਨੇ। ਠੀਕ ਹੈ। ਉਦੋਂ ਛੋਟੀ ਉਮਰ ਦੇ ਸੀ, ਉਹ ਵਿਦਿਆ ਲੈਂਦੇ ਸੀ ਉੱਥੇ ਉਹ ਵੀ। ਠੀਕ ਹੈ। ਉਹ ਖਲੋਤੇ ਸੀ, ਉਹਦੇ ਮੋਢੇ ਤੇ ਹੱਥ ਰੱਖ ਕੇ KPS ਗਿੱਲ ਕਹਿੰਦਾ ਵੀ ਕੀ ਨਾਂ ਵੀ ਬੱਲਿਆ ਤੇਰਾ? ਹਾਂ। ਤੇ ਭਾਈ ਮਹਿਤਾਬ ਸਿੰਘ ਬੜਾ ਆਕੜ ਕੇ ਜੇ ਕਹਿੰਦਾ ਮੇਰਾ ਨਾਂ ਮਹਿਤਾਬ ਸਿੰਘ। ਅੱਛਾ, ਠੀਕ ਹੈ। ਜਦੋਂ ਭਾਈ ਮਹਿਤਾਬ ਸਿੰਘ ਨੇ ਆਪਣਾ ਨਾਂ ਦੱਸਿਆ ਤੇ ਖੁਸ਼ਵੰਤ ਸਿੰਘ ਲਾਗਿਓ ਕਹਿੰਦਾ ਇੱਥੇ ਸਾਰੇ ਸੁੱਖਾ ਸਿੰਘ ਮਹਿਤਾਬ ਸਿੰਘ ਹੀ ਰਹਿੰਦੇ। ਠੀਕ ਹੈ। ਵੀ ਸੰਤਾਂ ਦੇ ਕੋਲੇ ਆਉਂਦੇ ਰਹੇ ਨੇ ਪੱਤਰਕਾਰ, ਪਹਿਲਾਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਕੋਲੇ। ਹਾਂਜੀ। ਉਹਨੇ ਚਿਰ ਨੂੰ ਭਾਈ ਸਾਹਿਬ ਜੀ ਚਲੇ ਗਏ ਨੇ ਤੇ ਸਾਰੇ ਜਿੰਨੇ ਲੋਕ ਸੀਗੇ 7 ਨੰਬਰ ਕਮਰਾ ਜਿਹੜਾ ਦਮਦਮੀ ਟਕਸਾਲ ਦਾ ਦਫ਼ਤਰ ਸੀ ਉਹਦੇ ਵਿੱਚ। ਠੀਕ ਹੈ।
ਉੱਥੇ ਜਾ ਕੇ ਖੁਸ਼ਵੰਤ ਸਿੰਘ ਪੱਤਰਕਾਰ ਨੇ ਦੱਸਿਆ ਸਾਰਿਆਂ ਬਾਰੇ ਤੇ ਖੁਸ਼ਵੰਤ ਸਿੰਘ ਕਹਿੰਦਾ ਵੀ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਕੋਲੇ ਆਉਂਦੇ ਰਹੇ ਹਾਂ, ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਮਹਿਤੇ ਵੀ ਆਉਂਦੇ ਰਹੇ ਹਾਂ ਠੀਕ ਹੈ ਤੇ ਸੰਤ ਸਾਨੂੰ ਗਰਮ ਜਲ ਛਕਾਉਂਦੇ ਹੁੰਦੇ ਸੀਗੇ ਵੀ ਤੁਹਾਡੇ ਗਰਮ ਜਲ ਬਹੁਤ ਵਧੀਆ ਬਣਦਾ ਕਿਉਂਕਿ ਚਾਹ ਤਾਂ ਛਕਦੇ ਨੀ ਟਕਸਾਲ ਦੇ ਸਿੰਘ, ਹਾਂ ਤੇ ਤੁਸੀਂ ਸਾਨੂੰ ਗਰਮ ਜਲ ਛਕਾ ਸਕਦੇ ਹੋ। ਉਹ ਇੱਕ ਸਿੰਘ ਗਿਆ ਦੌੜ ਕੇ ਉਹਨੇ ਗਰਮ ਜਲ ਲੈ ਜਾਂਦਾ ਤੇ ਸਾਰਿਆਂ ਨੂੰ ਪਾ ਕੇ ਛਕਾ ਦਿੱਤਾ। ਉਨੇ ਚਿਰ ਨੂੰ ਬਾਬਾ ਧਰਮ ਸਿੰਘ ਜੀ ਬਾਹਰ ਸੇਵਾ ਕਰਾਉਂਦੇ ਸੀ ਹਸਪਤਾਲ ਦੀ, ਉਹ ਵੀ ਸਕੂਟਰ ਭਜਾ ਕੇ ਆਪਣੇ ਦਫ਼ਤਰ ਦੇ ਵਿੱਚ ਆ ਗਏ। ਕੋਈ ਬਹੁਤੀਆਂ ਗੱਲਾਂ ਬਾਤਾਂ ਨਹੀਂ ਹੋਈਆਂ, ਜਿਹੜਾ KPS ਗਿੱਲੇ ਤਾਂ ਬੋਲਿਆ ਹੀ ਨਹੀਂ, ਜਿਹੜੀਆਂ ਗੱਲਾਂ ਬਾਤਾਂ ਕਰਦਾ ਰਿਹਾ ਖੁਸ਼ਵੰਤ ਸਿੰਘ ਪੱਤਰਕਾਰ ਗੱਲਾਂ ਬਾਤਾਂ ਕਰਦਾ ਰਿਹਾ ਤੇ ਖੁਸ਼ਵੰਤ ਸਿੰਘ ਪੱਤਰਕਾਰ ਕਹਿੰਦਾ ਵੀ ਮੈਨੂੰ ਟਕਸਾਲ ਦਾ ਲਿਟਰੇਚਰ ਚਾਹੀਦਾ। ਆਪਣੇ ਟਕਸਾਲ ਦੀ ਇਹ ਮਰਜ਼ਾਦਾ ਉਦੋਂ ਵੀ ਸੀ ਤੇ ਅੱਜ ਵੀ ਹੈ ਠੀਕ, ਤੇ ਜਦੋਂ ਕਿਸੇ ਨੂੰ ਗੁਰਬਾਣੀ ਦੀ ਪੋਥੀ ਦੇਣੀ ਜਾਂ ਇਤਿਹਾਸ ਦੀ ਪੋਥੀ ਦੇਣੀ ਉਹਨੂੰ ਬਿਨਾਂ ਰੁਮਾਲੇ ਤੋਂ ਨਹੀਂ ਦਿੱਤਾ ਜਾਂਦਾ, ਇੱਕ ਰੁਮਾਲੇ ਦੇ ਵਿੱਚ ਲਪੇਟ ਕੇ ਪੋਥੀਆਂ ਦੇ ਸਤਿਕਾਰ ਵਜੋਂ ਠੀਕ ਉਹ ਲਿਆ ਕੇ ਖੁਸ਼ਵੰਤ ਸਿੰਘ ਪੱਤਰਕਾਰ ਨੂੰ ਫੜਾਇਆ। ਗਿੱਲ ਨੂੰ ਨਹੀਂ ਫੜਾਇਆ ਕਿਸੇ ਨੇ ਕੁਛ ਵੀ, ਖੁਸ਼ਵੰਤ ਸਿੰਘ ਪੱਤਰਕਾਰ ਨੂੰ ਦਿੱਤਾ ਠੀਕ ਹੈ। ਖੁਸ਼ਵੰਤ ਸਿੰਘ ਪੱਤਰਕਾਰ ਕਹਿੰਦਾ ਵੀ ਇਹਦੀ ਭੇਟਾ ਕੀ ਹੈ। ਬਾਬਾ ਧਰਮ ਸਿੰਘ ਜੀ ਕਹਿੰਦੇ ਵੀ ਜਿਹੜਾ ਸਿੱਖ ਆ ਉਹਨੂੰ ਦਾੜੀ ਰੰਗਣੀ ਨਹੀਂ ਆਉਂਦੀ, ਵੀ ਉਹਨੂੰ ਦਾੜੀ ਨਹੀਂ ਰੰਗਣੀ ਚਾਹੀਦੀ, ਤੂੰ ਜੇ ਗੁਰੂ ਦਾ ਸਿੱਖ ਆ ਤੇ ਦਾੜੀ ਰੰਗਣੋਂ ਹਟ ਜਾ, ਬਸ ਇਹੋ ਹੀ ਭੇਟਾ। ਉਹ ਗੱਲ ਹਾਸੇ ਜੇ ਵਿੱਚ ਪੈ ਗਈ ਤੇ ਉਸੇ ਵੇਲੇ ਫਤਿਹ ਬੁਲਾ ਕੇ ਤੇ ਉਹ ਉੱਠ ਗਈ। ਉਸ ਵੇਲੇ ਨਾ ਤਾਂ ਕੋਈ ਫੋਟੋ ਖਿੱਚੀ ਨਾ ਕੋਈ ਵੀਡੀਓ ਬਣਾਈ। ਸੁਰਿੰਦਰ ਸਿੰਘ ਪੱਤਰਕਾਰ ਨੇ ਪ੍ਰਚਾਰ ਕੀਤਾ ਵੀ ਉਹਦੇ ਕੋਲ ਕੀ ਐਵੀਡੈਂਸ ਆ ਕਿ ਉੱਥੇ ਸਰੋਪਾ ਦਿੱਤਾ ਗਿਆ, ਨਾਲੇ ਇਹ ਵੀ ਕਹਿਤਾ ਕਿ ਬਾਬਾ ਠਾਕਰ ਸਿੰਘ ਜੀ ਵੱਲੋਂ ਦਿੱਤਾ ਗਿਆ। ਉਹਦਾ ਏਦਾਂ ਜੀ, ਅਸਲ ਵਿੱਚ ਕੋਈ ਬੰਦਾ ਜਾਂ ਤਾਂ ਈਰਖਾਬਾਜ ਹੁੰਦਾ, ਹਾਂ, ਜਾਂ ਉਹ ਕਿਸੇ ਦਾ ਚੱਕਿਆ ਚੁਕਾਇਆ, ਹਾਂ, ਤੇ ਜਾ ਕੇ ਤਾਂ ਉਹਨੂੰ ਮਾਇਆ ਦਾ ਗੱਫਾ ਮਿਲਿਆ ਹੁੰਦਾ। ਮੈਂ ਸਿੱਧੀ ਜੀ ਗੱਲ ਕਰਾਂ, 2017 ਦੇ ਵਿੱਚ ਮੈਂ ਉਹਨੂੰ ਬਹੁਤ ਫੋਨ ਕੀਤੇ ਸੀ ਜਦੋਂ ਉਹਨੇ ਉਹ ਬਣਾਈ ਆਪਣੀ ਇੱਕ ਵੀਡੀਓ ਜੀ, ਹਾਂਜੀ, ਉਹਨੂੰ ਮੈਂ ਕਿਹਾ ਵੀ ਮੈਂ ਟਕਸਾਲ ਦਾ ਵਿਦਿਆਰਥੀ ਹਾਂ, ਉਸ ਟਾਈਮ ਤੇ ਮੈਂ ਉੱਥੇ ਸੀ, ਜੇ ਤੇਰੇ ਕੋਲੇ ਕੋਈ ਐਵੀਡੈਂਸ ਹੈ ਤੇ ਦੱਸ। ਤੁਹਾਡੇ TV ਰਾਹੀਂ ਮੈਂ ਅੱਜ ਵੀ ਸੁਰਿੰਦਰ ਸਿੰਘ ਪੱਤਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਹੁਣ ਅੰਮ੍ਰਿਤਸਰ ਦੇ ਵਿੱਚ ਹਾਲ ਦੀ ਘੜੀ, ਹਾਂ, ਜੇ ਕਿਤੇ ਉਹ ਮੇਰੀ ਆਵਾਜ਼ ਸੁਣਦੇ ਨੇ ਤੇ ਮੇਰੇ ਨਾਲ ਉਹ ਸੰਪਰਕ ਕਰ ਸਕਦੇ ਨੇ, ਕਿਤੇ ਵੀ TV ਤੇ ਬਹਿ ਸਕਦੇ ਨੇ, ਜਿੱਥੇ ਮਰਜ਼ੀ ਬਹਿ ਕੇ ਕਲੀਅਰ ਕਰ ਸਕਦੇ। ਅਸੀਂ ਵੀ ਖੁੱਲਾ ਸੱਦਾ ਦਿੱਤਾ ਸੀ ਵੀ ਅਸੀਂ ਉਹਦੀ ਇੰਟਰਵਿਊ ਕਰਨੀ ਚਾਹੁੰਦੇ ਹਾਂ, ਵੀ ਕਲੀਅਰ ਜਿਹੜੇ ਉਹਨੇ ਦੋਸ਼ ਲਾਇਆ ਉਹ ਸਾਬਤ ਕਰੇ ਆ ਕੇ। ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਦਾ ਵੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਔਰ ਬਾਬਾ ਹਰਨਾਮ ਸਿੰਘ ਜੀ, ਹਾਂਜੀ, ਉਸ ਵੇਲੇ ਮਹਿਤੇ ਦੇ ਵਿੱਚ ਮੌਜੂਦ ਨਹੀਂ ਸੀਗੇ। ਅੱਛਾ ਜੀ। 9 ਅਕਤੂਬਰ 1992 ਨੂੰ ਭਾਈ ਸੁੱਖਾ ਜਿੰਦਾ ਨੂੰ ਫਾਂਸੀ ਲੱਗਦੀ ਪੂਨੇ ਦੇ ਵਿੱਚ, ਠੀਕ ਹੈ, ਇਹ 15 ਅਕਤੂਬਰ ਦੀ ਗੱਲ ਆ, ਹਾਂ ਠੀਕ ਹੈ। ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਉਦਣ ਨਾਲ ਬਾਬਾ ਹਰਨਾਮ ਸਿੰਘ ਜੀ ਇਹ ਕਥਾ ਵਾਸਤੇ ਗਏ ਸੀਗੇ, ਠੀਕ ਹੈ, ਇਹ ਪਹਿਲਾਂ ਭਾਈ ਸੁੱਖੇ ਜਿੰਦੇ ਦੇ ਘਰ ਦੇ ਵਿੱਚ ਜਾਂਦੇ ਨੇ, ਗਦਲੀ ਭਾਈ ਜਿੰਦੇ ਦੇ ਘਰ ਦੇ ਵਿੱਚ, ਠੀਕ ਹੈ, ਗਦਲੀ ਮਾਤਾ ਜੀ ਨੂੰ ਮਿਲਦੇ, ਪਰਿਵਾਰ ਨੂੰ ਮਿਲਦੇ ਨੇ, ਫਿਰ ਜਿਹੜਾ ਸਮਾਗਮ ਕਰਨਾ ਸੀਗਾ ਉਹਦੀ ਰੂਪ ਰੇਖਾ ਤਿਆਰ ਕਰਦੇ ਨੇ ਵੀ ਉਹਨਾਂ ਦਾ ਸਿੰਘਾਂ ਦਾ ਭੋਗ ਪਾਉਣਾ ਸੀਗਾ, ਹਾਂਜੀ। ਉਸ ਤੋਂ ਬਾਅਦ ਵਿੱਚ ਬਾਬਾ ਠਾਕਰ ਸਿੰਘ ਜੀ ਔਰ ਬਾਬਾ ਹਰਨਾਮ ਸਿੰਘ ਜੀ ਲੋਕ ਹੋ ਕੇ ਚਗਾਵਾਂ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਖੰਡ ਪਾਠ ਦਾ ਭੋਗ ਸੀ ਉੱਥੇ ਜਾਂਦੇ, ਠੀਕ ਹੈ, ਫਿਰ ਲੋਕੋ ਕੇ ਜਗਾਵਾਂ ਤੋਂ ਬਾਬਾ ਜੀ ਆ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਕਿਉਂਕਿ ਅਕਾਲ ਤਖਤ ਦੀ ਸੇਵਾ ਕਰਦੀ ਸੀ ਤੇ ਦਮਦਮੀ ਟਕਸਾਲ ਸੰਗਤਾਂ ਦੇ ਸੰਯੋਗ ਨਾਲ ਕਰਵਾ ਰਹੀ ਸੀ, ਠੀਕ ਹੈ। ਜਿਹੜਾ ਅਕਾਲ ਤਖਤ ਸਾਹਿਬ ਤੇ ਫੋਨ ਸੀਗਾ ਕਾਰ ਸੇਵਾ ਵਾਲੇ ਆਪਣੇ ਜਿਹੜੇ ਟਕਸਾਲ ਦੇ ਸਿੰਘ ਸੀ ਉਹਨਾਂ ਕੋਲੇ, ਉਹਨਾਂ ਨੂੰ ਮਹਿਤਿਓਂ ਫੋਨ ਕੀਤਾ ਵੀ ਇੱਥੇ ਗਿੱਲ ਆਇਆ ਸੀ ਚਲਿਆ ਗਿਆ, ਤੇ ਉਸ ਤੋਂ ਅਕਾਲ ਤਖਤ ਸਾਹਿਬ ਤੋਂ ਪਤਾ ਲੱਗਾ ਬਾਬਾ ਠਾਕਰ ਸਿੰਘ ਜੀ ਨੂੰ ਵੀ ਉੱਥੇ ਗਿੱਲ ਆਇਆ ਸੀ। ਅੱਛਾ ਜੀ। ਹੁਣ ਨਾ ਤਾਂ ਬਾਬਾ ਠਾਕਰ ਸਿੰਘ ਜੀ ਮਹਿਤੇ ਵਿੱਚ ਮੌਜੂਦ ਸੀਗੇ ਉਦੋਂ, ਤੇ ਨਾ ਬਾਬਾ ਹਰਨਾਮ ਸਿੰਘ ਜੀ ਮੌਜੂਦ ਸੀਗੇ, ਠੀਕ ਹੈ। ਇਹ ਬਾਬਾ ਹਰਨਾਮ ਸਿੰਘ ਜੀ ਉਸ ਵੇਲੇ ਗਿਆਨੀ ਸੀ, ਕਥਾਵਾਚਕ ਬਾਬਾ ਜੀ ਦੇ ਨਾਲ ਗਏ ਸੀ ਤੇ ਬਾਬਾ ਜੀ ਵੀ ਬਾਹਰ ਗਏ ਸੀ ਜਿਵੇਂ ਆਪ ਜੀ ਨੂੰ ਦੱਸ ਦਿੱਤਾ ਹੋਇਆ, ਠੀਕ ਹੈ। ਹੁਣ ਇਹ ਬੰਦੇ ਨੇ ਜਿਹੜੀ ਗੱਲ ਕਹੀ ਵੀ ਉਸ ਵੇਲੇ ਗੁਪਤ ਮੀਟਿੰਗ ਹੋਈ ਬਾਬਾ ਹਰਨਾਮ ਸਿੰਘ ਜੀ ਦੇ ਨਾਲ, ਅੱਛਾ, KPS ਗਿੱਲ ਨੂੰ ਸਰੂਪਾ ਦਿੱਤਾ ਗਿਆ, ਹਾਂ, ਇਹ ਗੱਲ ਬਿਲਕੁਲ ਝੂਠ ਦਾ ਪਲੰਦਾ ਹੈ। ਸੁਰਿੰਦਰ ਸਿੰਘ ਪੱਤਰਕਾਰ ਦਾ ਜਵਾਬ ਦੇਣਾ ਚਾਹੁੰਦੇ ਹਾਂ ਐਜ਼ ਏ ਮੀਡੀਆ ਹੀ ਕਿ ਤੁਸੀਂ ਚਸ਼ਮਦੀਦ ਗਵਾਹ ਆ, ਤੁਹਾਨੂੰ ਹਰ ਗੱਲ ਦਾ ਪਤਾ ਕਿ ਉਹ ਕਹਿ ਰਿਹਾ ਜੀ ਇਹਦੇ ਪਿੱਛੇ ਏਜੰਸੀਆਂ ਨੇ ਉਹਨਾਂ ਨੂੰ ਮੁਖੀ ਬਣਾਇਆ, ਸਰਕਾਰ ਦੀ ਸ਼ਹਿ ਤੇ ਜੋ ਹੈਗਾ ਦਮਦਮੀ ਟਕਸਾਲ ਦਾ ਕਾਰੋਬਾਰ ਚੱਲ ਰਿਹਾ। ਮੇਰਾ ਖਿਆਲ ਹੈ ਜਾਂ ਤਾਂ ਕੋਈ ਦਮਦਮੀ ਟਕਸਾਲ ਦਾ ਜਿਹੜਾ ਦੁਖੀ ਆ ਕੋਈ ਏਜੰਸੀ ਉਹਦੇ ਮਗਰ ਕੰਮ ਕਰ ਰਹੀ ਆ, ਜਾਂ ਉਹ ਖੁਦ ਹੀ ਨਿੰਦਕ ਲਾਣੇ ਦੇ ਟੇਟੇ ਚੜਿਆ ਹੋਇਆ, ਠੀਕ,
ਤੇ ਤਾਂ ਕਰਕੇ ਬਿਨਾਂ ਸਿਰ ਪੈਰ ਤੋਂ ਇਦਾਂ ਦੀਆਂ ਗੱਲਾਂ ਉਹ ਕਰ ਰਿਹਾ। ਠੀਕ ਹੈ। 24 ਦਸੰਬਰ 2004 ਨੂੰ ਬਾਬਾ ਠਾਕਰ ਸਿੰਘ ਜੀ ਮਹਾਂਪੁਰਖ ਆਪਣਾ ਸਰੀਰ ਤਿਆਗਦੇ ਨੇ ਮਹਿਤੇ ਦੇ ਵਿੱਚ। ਮੈਂ ਵੀ ਉਦੋਂ ਬੰਬੇ ਸੀ, ਮੈਂ ਵੀ ਬੰਬੇ ਤੋਂ ਚੱਲ ਕੇ ਮਹਿਤੇ ਆਇਆ। ਬਾਬਾ ਹਰਨਾਮ ਸਿੰਘ ਜੀ ਅਮਰੀਕਾ ਤੋਂ ਮਹਿਤੇ ਪਹੁੰਚਦੇ ਨੇ, ਕੋਈ ਸਿੰਘ ਮੁਖੀ ਬਣਨ ਵਾਸਤੇ ਤਿਆਰ ਨਹੀਂ। ਭਾਈ ਮੋਹਕਮ ਸਿੰਘ ਜੀ ਦਾ ਨਾਮ ਇਹਨੇ ਲਿਆ ਸੁਰਿੰਦਰ ਸਿੰਘ ਪੱਤਰਕਾਰ ਨੇ ਵਿੱਚ ਵੀ ਉਹਨਾਂ ਤੇ ਗੱਲ ਹੋਈ। ਭਾਈ ਮੋਹਕਮ ਸਿੰਘ ਜੀ ਉਹਨਾਂ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਨਹੀਂ ਭਾਈ ਇਹ ਮੇਰੇ ਵੱਸ ਦੀ ਗੱਲ ਨਹੀਂ। ਹੋਰ ਵੀ ਇੱਕ ਦੋਵਾਂ ਸਿੰਘਾਂ ਦੀ ਗੱਲ ਹੋਈ ਪਰ ਉਹ ਕੋਈ ਖਾਸ ਠੋਸ ਗੱਲ ਨਹੀਂ ਸੀ ਹੈਗੀ। ਪਰ ਰਾਤ ਨੂੰ ਵਿਚਾਰ ਹੁੰਦੀ ਆ ਤੇ ਆ ਕੇ ਜਿਹੜੀ ਵਿਚਾਰ ਆ ਉਹ ਬਾਬਾ ਹਰਨਾਮ ਸਿੰਘ ਜੀ ਤੇ ਮੁੱਕਦੀ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਸਪਸ਼ਟ ਕਰਦਿਆਂ ਵੀ ਜਿਵੇਂ ਉਹ ਸੁਰਿੰਦਰ ਸਿੰਘ ਪੱਤਰਕਾਰ ਨੇ ਗੱਲ ਕੀਤੀ ਵੀ ਜਦੋਂ ਦੇ ਬਾਬਾ ਹਰਨਾਮ ਸਿੰਘ ਜੀ ਅਮੈਰੀਕਾ ਗਏ ਉਹ ਮੁੜ ਕੇ ਵਾਪਸ ਨਹੀਂ ਮੁੜੇ, ਹਾਂ ਇਹ ਵੀ ਗੱਲ ਉਹ ਆਏ ਨਹੀਂ ਗਏ, ਉਹਨਾਂ ਨੂੰ ਏਜੰਸੀਆਂ ਨੇ ਫਿੱਟ ਕੀਤਾ, ਏਜੰਸੀਆਂ ਨੇ ਵਾਪਸ ਬੁਲਾਇਆ। ਹਾਂ ਮੈਂ ਸਿਰਫ ਇਨਫੋਰਮੇਸ਼ਨ ਵਾਸਤੇ ਗੱਲ ਦੱਸਦਿਆਂ ਵੀ ਬਾਬਾ ਹਰਨਾਮ ਸਿੰਘ ਜੀ ਹਰ ਸਾਲ ਮਹਿਤੇ ਆਉਂਦੇ ਸੀਗੇ ਅਮਰੀਕਾ ਤੋਂ। ਠੀਕ ਹੈ। ਦੋ ਦੋ ਤਿੰਨ ਤਿੰਨ ਮਹੀਨੇ ਉਹ ਮਹਿਤੇ ਰਹਿ ਕੇ ਜਾਂਦੇ ਸੀਗੇ। ਠੀਕ ਹੈ। ਜਿਹੜੇ ਟਕਸਾਲ ਦੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਹੁੰਦੇ ਸੀ ਉਹਨਾਂ ਪਿੰਡਾਂ ਦੇ ਵਿੱਚ ਉਹ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਵੀ ਭਰਦੇ ਸੀ। ਠੀਕ ਹੈ। ਟਕਸਾਲ ਦੇ ਸਿੰਘਾਂ ਦੇ ਨਾਲ ਉਹਨਾਂ ਦਾ ਪੂਰਾ ਤਾਲਮੇਲ ਸੀ। ਜਦੋਂ ਇਹ ਸਾਰੀ ਕਾਰਵਾਈ ਹੋਈ ਬਕਾਇਦਾ ਰਜਿਸਟਰ ਤੇ ਸਾਰੇ ਸਿੰਘਾਂ ਦੇ ਸਾਈਨ ਕਰਾਏ ਗਏ ਵੀ ਤੁਸੀਂ ਸਹਿਮਤ ਹੋ ਇਸ ਗੱਲ ਦੇ ਨਾਲ। ਠੀਕ ਹੈ। ਸਾਰੇ ਸਿੰਘ ਸਹਿਮਤ ਹੋਏ, ਫਿਰ ਅਰਦਾਸ ਕੀਤੀ ਗਈ, ਹੁਕਮਨਾਮਾ ਚੱਲਦੇ ਪ੍ਰਵਾਹ ਦੇ ਵਿੱਚੋਂ ਆਇਆ, ਅੱਜ ਵੀ ਲਿਖਿਆ ਹੋਇਆ ਹੈ ਉਹ ਸਾਰੇ ਇਤਿਹਾਸ ਦੇ ਵਿੱਚ। ਠੀਕ। ਤੇ ਇਸ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਸਾਰੇ ਟਕਸਾਲ ਦੇ ਜਥੇ ਦੀ ਸਹਿਮਤੀ ਨਾਲ, ਸਾਰੇ ਸੰਤ ਸਮਾਜ ਦੀ ਸਹਿਮਤੀ ਦੇ ਨਾਲ ਤੇ ਸਾਰੇ ਪੰਥਕ ਲੀਡਰਾਂ ਦੀ ਸਹਿਮਤੀ ਨਾਲ। ਠੀਕ ਹੈ। ਅੱਜ ਤੁਸੀਂ ਉਹ ਫੋਟੋਆਂ ਵੇਖ ਸਕਦੇ ਹੋ, ਵੀਡੀਓ ਵੇਖ ਸਕਦੇ ਹੋ ਜਿਹਦੇ ਵਿੱਚ ਭਾਈ ਰਣਜੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ, ਬਾਬਾ ਸਰਬਜੋਤ ਸਿੰਘ ਜੀ ਬਿਰਦੀ, ਸਾਰਾ ਹੀ ਸਮੁੱਚਾ ਸੰਤ ਸਮਾਜ, ਪੰਥਕ ਲੀਡਰ, ਦਮਦਮੀ ਟਕਸਾਲ ਦੇ ਸਾਰੇ ਸਿੰਘ, ਉਹਦੇ ਵਿੱਚ ਭਾਈ ਮਲਕੀਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਔਰ ਜਿੰਨੇ ਵੀ ਟਕਸਾਲ ਦੇ ਪੁਰਾਣੇ ਸਿੰਘ ਸੀ। ਠੀਕ ਹੈ। ਉਹ ਸਾਰੇ ਰਲ ਕੇ ਬਾਬਾ ਹਰਨਾਮ ਸਿੰਘ ਜੀ ਨੂੰ ਦਸਤਾਰ ਸਜਾਉਂਦੇ ਆ। ਸਰਕਾਰ ਨੂੰ ਜੇ ਡਰਿਆ ਤੇ ਉਹ ਸਿਰਫ ਤੇ ਸਿਰਫ ਦਮਦਮੀ ਟਕਸਾਲ ਦੇ ਕੋਲੋਂ। ਇਹ ਦਮਦਮੀ ਟਕਸਾਲ ਦੇ ਕੋਲੋਂ ਕਿਉਂ ਡਰਿਆ ਸਰਕਾਰ ਨੂੰ? ਉਹਨਾਂ ਨੂੰ ਡਰ ਤਾਂ ਵੀ ਦਮਦਮੀ ਟਕਸਾਲ ਜਿਹੜੀ ਆ ਸਿੱਖ ਹਿੱਤਾਂ ਤੇ ਡਟ ਕੇ ਪਹਿਰਾ ਦਿੰਦੀ ਆ। ਠੀਕ। ਜਿੱਥੇ ਵੀ ਪੰਥ ਦੀ ਗੱਲ ਹੁੰਦੀ ਉੱਥੇ ਡਟ ਕੇ ਪੰਥ ਦਾ ਸਾਥ ਦਿੰਦੀ, ਗੱਲ ਕੀ ਅਗਵਾਈ ਕਰਦੀ ਹੈ ਪੰਥ ਦੀ। ਅੱਛਾ ਜੀ। ਸਰਕਾਰ ਸਾਨੂੰ ਹਰ ਤਰੀਕੇ ਦੇ ਨਾਲ ਮਾਰਨਾ ਚਾਹੁੰਦੀ ਹੈ, ਸਾਨੂੰ ਬੌਧਿਕ ਪੱਖ ਤੋਂ ਵੀ, ਸਰੀਰਕ ਪੱਖ ਤੋਂ ਵੀ, ਸਾਨੂੰ ਆਰਥਿਕ ਪੱਖ ਤੋਂ ਵੀ, ਸਾਨੂੰ ਇਤਿਹਾਸਕ ਪੱਖ ਤੋਂ ਵੀ। ਹਾਂਜੀ। ਤਾਂ ਕਰਕੇ ਉਹਨੇ ਥਾਂ ਥਾਂ ਤੇ ਅਨੇਕਾਂ ਡੇਰੇ ਪੈਦਾ ਕੀਤੇ ਤੇ ਡੇਰਿਆਂ ਨੂੰ ਸ਼ਹਿ ਦਿੱਤੀ। ਇਤਿਹਾਸ ਨੂੰ ਅਸਲ ਰੂਪ ਵਿੱਚ ਸਾਂਭਣ ਵਾਸਤੇ, ਉਹਦੀਆਂ ਇਤਿਹਾਸ ਦੀਆਂ ਅਸਲੀ ਤਰੀਕਾਂ ਨੂੰ ਕਾਇਮ ਰੱਖਣ ਵਾਸਤੇ, ਜਿਉਂ ਤਿਉਂ ਰੱਖਣ ਵਾਸਤੇ ਬਾਬਾ ਹਰਨਾਮ ਸਿੰਘ ਜੀ ਨੇ ਉਹ ਪਲਾਂਘ ਪੁੱਟੀ ਜਿਵੇਂ ਵੀ ਉਹਨਾਂ ਤੋਂ ਪੁੱਟੀ ਗਈ। ਠੀਕ ਹੈ। ਫਿਰ ਦਸਵੇਂ ਗ੍ਰੰਥ ਦਾ ਬਹੁਤ ਭਾਰੀ ਵਿਰੋਧ ਜਿਹੜਾ ਸੀ ਨਿੰਦਕ ਲੋਕਾਂ ਵੱਲੋਂ ਪਾਇਆ ਜਾ ਰਿਹਾ ਸੀ। ਠੀਕ। ਉਹਨਾਂ ਨੇ ਪੂਰਾ ਡਟ ਕੇ ਸਟੈਂਡ ਉਹਦੇ ਤੇ ਲਿਆ। ਠੀਕ ਹੈ। ਫਿਰ ਸਰਕਾਰ ਇਹ ਕਹਿੰਦੀ ਸੀਗੀ ਵੀ 1984 ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਕੋਈ ਅਟੈਕ ਨਹੀਂ ਕੀਤਾ ਸਿੱਖਾਂ ਤੇ, ਸਗੋਂ ਉੱਥੇ ਅੱਤਵਾਦੀ ਸੀ, ਤਾਂ ਕਰਕੇ ਸਰਕਾਰ ਨੇ ਮਜਬੂਰਨ ਉੱਥੇ ਕਾਰਵਾਈ ਕੀਤੀ। ਅਸਲ ਵਿੱਚ ਉਹਨੂੰ ਸਰਕਾਰ ਹੋਰ ਰੰਗ ਦੇਣਾ ਚਾਹੁੰਦੀ ਸੀ। ਅੱਛਾ ਜੀ। ਬਾਬਾ ਹਰਨਾਮ ਸਿੰਘ ਜੀ ਨੇ ਹਿੰਦੁਸਤਾਨ ਦੀ ਸਰਕਾਰ ਦੇ ਹਿੱਕ ਦੇ ਉੱਪਰ ਦੀਵਾ ਬਾਲਿਆ ਸ਼ਹੀਦਾਂ ਦੀ ਯਾਦਗਾਰ ਬਣਾ ਕੇ, ਜਿਹੜੀ ਦਰਬਾਰ ਸਾਹਿਬ ਦੇ ਵਿੱਚ ਬਣੀ ਹੈ, ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਦਮਦਮੀ ਟਕਸਾਲ ਦੇ ਤਿੰਨ ਮੁਖੀਆਂ ਦੀ ਯਾਦਗਾਰ ਬਣੀ। ਪਹਿਲਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੱਥੇ ਆਪਣਾ ਸੀਸ ਆ ਕੇ ਭੇਟਾ ਕਰਦੇ ਨੇ। ਠੀਕ ਹੈ। ਅਕਾਲ ਤਖ਼ਤ ਸਾਹਿਬ ਦੇ ਮਗਰਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਦੂਜੇ ਮੁਖੀ ਸੀ, ਜਿਨ੍ਹਾਂ ਨੇ ਅਬਦਾਲੀ ਦੀ 30,000 ਫੌਜ ਦਾ ਮੁਕਾਬਲਾ 30 ਸਿੰਘਾਂ ਦੇ ਨਾਲ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ। ਠੀਕ। ਔਰ ਤੀਜੇ ਥਾਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਨਾਲ ਦੇ ਸਮੂਹ ਸਾਥੀ ਸਿੰਘਾਂ ਦੀ ਯਾਦਗਾਰ ਬਾਬਾ ਹਰਨਾਮ ਸਿੰਘ ਜੀ ਨੇ ਬਣਾਈ। ਠੀਕ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ ਤਾਂ ਸਰਕਾਰ ਨੂੰ ਚੰਗੀਆਂ ਲੱਗਦੀਆਂ ਨੇ ਤੇ ਨਾ ਨਿੰਦਕ ਲਾਣੇ ਨੂੰ ਚੰਗੀਆਂ ਲੱਗਦੀਆਂ। ਤੇ ਇੱਕ ਮੇਰੇ ਕੋਲ ਗੱਲ ਪਹੁੰਚੀ ਆ, ਮੈਨੂੰ ਨੀ ਪਤਾ ਉਹਦੇ ਵਿੱਚ ਕੋਈ ਤੱਥ ਹੈ ਜਾਂ ਨਹੀਂ। ਉਹ ਕਹਿੰਦੇ ਕਿ ਸੁਰਿੰਦਰ ਸਿੰਘ ਪੱਤਰਕਾਰ ਨੇ ਮਹਿਤਾ ਚੌਂਕ ਆ ਕੇ ਮਾਫ਼ੀ ਮੰਗ ਲਈ ਸੀ, ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ? ਮੇਰਾ ਖਿਆਲ ਹੈ ਵੀ ਸੱਚਾਈ ਨਹੀਂ ਜੀ, ਕਿਉਂਕਿ ਜੇ ਉਹਨੇ ਮਾਫ਼ੀ ਮੰਗੀ ਹੁੰਦੀ ਆਪਾਂ ਨੂੰ ਪਤਾ ਲੱਗ ਜਾਣਾ ਸੀ। ਤੇ ਮੈਂ ਸੰਗਤ ਨੂੰ ਇਹੋ ਬੇਨਤੀ ਕਰਨਾ ਚਾਹਾਂਗਾ ਵੀ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਆਉਂਦੀਆਂ ਨੇ, ਹਰ ਗੱਲ ਨੂੰ
ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਜਾਂ ਅੱਗੇ ਪ੍ਰਚਾਰਨ ਤੋਂ ਪਹਿਲਾਂ ਉਹਦੇ ਯਥਾਰਥ ਗੱਲ ਨੂੰ ਚੰਗੀ ਤਰ੍ਹਾਂ ਘੋਖ ਲਿਆ ਜਾਵੇ। ਬਹੁਤ ਬਹੁਤ ਭਾਈ ਲਖਵਿੰਦਰ ਸਿੰਘ ਜੀ ਤੁਹਾਡਾ ਧੰਨਵਾਦ, ਤੁਸੀਂ ਆਵਾਜ਼ੇ ਕੌਮ ਲਈ ਸਮਾਂ ਦਿੱਤਾ, ਸੋ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਤੇ ਫਿਰ ਵੀ ਪੰਥਕ ਮੁੱਦਿਆਂ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਜੀ। ਠੀਕ ਹੈ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਆਵਾਜ਼ੇ ਕੌਮ ਟੀਵੀ ਦਾ, ਸਮੂਹ ਦਰਸ਼ਕਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।